ਆਪਾਂ ਆ ਗਏ ਹਾਂ ਜੀ ਬੰਗਲਾ ਸਾਹਿਬ ਗੁਰਦੁਆਰਾ, ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਸਾਰੇ ਵੀਰਾਂ ਨੂੰ ਭੈਣਾਂ ਨੂੰ। ਇਹ ਆਪਣਾ ਪਹਿਲਾ ਵਲੋਗ ਆ ਜੀ ਮਹਾਰਾਜ, ਮੱਤ ਬਖਸ਼ੇ, ਆਪਾਂ ਇੱਦਾਂ ਹੀ ਬਣਾਉਂਦੇ ਰਹਾਂਗੇ ਵਲੋਗ। ਮੇਰੇ ਰੂਮ ਤੋਂ ਜੀ ਇਹ 8 ਕਿਲੋਮੀਟਰ ਹੈ ਪੂਰਾ, ਕਰਮਾਂ ਵਾਲੇ ਆ ਲੱਗ ਗਈ ਆ। ਵਾਹਿਗੁਰੂ ਜੀ, ਇਹ ਆ ਗਿਆ ਜੀ ਬੰਗਲਾ ਸਾਹਿਬ ਗੁਰਦੁਆਰਾ। ਇਹ ਆ ਥੱਲਿਓਂ ਦੀ ਜਾਣ ਵਾਸਤੇ ਅੰਡਰਗਰਾਊਂਡ ਰਸਤਾ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਪਾਰਕ
ਗੇਟ ਦੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਗੇਟ ਵਾਓ, ਰੱਬ ਦੇ ਰੰਗ ਦੇਖੋ, ਫਲਾਵਰ ਦੇਖੋ ਜੀ। ਓਏ ਹੋਏ ਹੋਏ, ਰੂਹ ਖੁਸ਼ ਹੋ ਗਈ ਜੀ। ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਵਾਹ ਵਾਹ, ਆਹ ਦੇਖੋ ਗੁਰਦੁਆਰਾ ਸਾਹਿਬ ਦਾ ਇਹ ਗੇਟ ਨੰਬਰ 2 ਆ ਜੀ। ਗੇਟ ਗੁਰਦੁਆਰਾ ਸਾਹਿਬ ਦੇ 3 ਨੇ, 3 ਦੇ ਵੀ 4 ਆ ਛੋਟਾ ਪਾ ਕੇ ਇੱਕ। ਇਹ ਆ ਗੁਰੂ ਹਰਿਕ੍ਰਿਸ਼ਨ ਨਿਵਾਸ। ਇੱਥੇ ਆਪਾਂ ਜੀ ਜੋੜੇ ਕਰਾਂਗੇ, ਜੋੜੇ ਲਾਵਾਂਗੇ। ਆਹ ਬੈਕ ਸਾਈਡ ਆ ਗੁਰਦੁਆਰਾ ਸਾਹਿਬ ਦੀ ਇੱਧਰੋਂ ਦੀ। ਚਲੋ ਜੀ, ਜੋੜੇ ਜਮ੍ਹਾਂ ਕਰਾਈਏ ਪਹਿਲਾਂ। ਵਾਹਿਗੁਰੂ। Thank you.
Thank you.
ਇੱਥੋਂ ਪੁਸਤਕ ਲਵਾਂਗੇ ਜੀ, ਬੁੱਕ ਲਵਾਂਗੇ, ਧਾਰਮਿਕ ਬੁੱਕ ਲੈ ਕੇ ਜਾਵਾਂਗੇ। ਹੁਣ ਵਾਹਿਗੁਰੂ ਜੀ ਚਾਹ ਛੱਕ ਲਈਏ ਜੀ, ਚਾਹ ਦੇ ਨਾਲ ਪਕੌੜੇ ਹੋ ਜਾਣ। ਹੁਣ ਗਰਮਾ ਗਰਮ ਦਾਲ ਵਾਲੇ ਭੱਲੇ ਪਕੌੜੇ, ਪੁਦੀਨੇ ਅਤੇ ਧਨੀਆ ਦੀ ਚਟਨੀ ਦੇ ਨਾਲ, ਗ੍ਰੀਨ ਚਟਨੀ ਦੇ ਨਾਲ ਬਹੁਤ ਹੀ ਟੇਸਟੀ ਲੱਗਦੇ ਆ ਜੀ। ਜਦੋਂ ਵੀ ਕਿਤੇ ਗੁਰਦੁਆਰਾ ਬੰਗਲਾ ਸਾਹਿਬ ਆਉਣਾ ਵਾ ਤੁਸੀਂ ਇੱਥੇ ਆਉਣਾ ਹੈ ਦਰਸ਼ਨ ਕਰਨ, ਮੈਂ ਰੈਕਮੈਂਡ ਕਰਦਾ ਇੱਥੇ ਚਾਹ ਅਤੇ ਪਕੌੜੇ। ਬਾਰ ਬਾਰ ਹੈ ਫਸਟ ਗੇਟ ਦੀ ਦੂਜੀ ਸੈਕਿੰਡ ਗੇਟ ਵੱਲ ਬੈਕ ਸਾਈਡ, ਬਹੁਤ ਵਧੀਆ ਹੈ। ਅਤੇ ਇੱਧਰੋਂ ਹੀ ਆਪਾਂ ਨੂੰ ਜਿਹੜੇ ਆ ਕੜੇ, ਕਿਰਪਾਨਾ ਅਤੇ ਆਪਣਾ ਕੀ ਨਾਂ ਹੈ, ਝੰਡੀਆਂ, ਰੁਮਾਲ, ਸਭ ਕੁਝ ਇੱਧਰੋਂ ਹੀ ਮਿਲਦਾ ਵਾ। ਇੱਧਰ ਹੀ ਆ ਸਾਰਾ ਹੀ ਮਾਰਕੀਟ ਜਿਹੜੀ ਹੈ ਛੋਟੀ ਜੀ, ਬਹੁਤ ਵਧੀਆ ਹੈ ਜੀ। ਮਨ ਨੂੰ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ, ਬਾਹਰ ਆ ਕੇ ਬਹੁਤ ਬੇਸਹਾਰਿਆਂ ਦੇ ਸਹਾਰੇ ਬਣਦਾ ਹੈ ਜੀ ਇਹ ਗੁਰੂ ਘਰ, ਅਤੇ ਸਾਰੇ ਹੀ ਬਣਦੇ ਆ। ਵੈਸੇ ਦਿੱਲੀ ਦੇ ਵਿੱਚ ਦੋ ਗੁਰਦੁਆਰੇ ਬਹੁਤ ਮੇਨ ਹੈ ਜੀ। ਵਾਹਿਗੁਰੂ ਜੀ ਜਲ ਛਕੀਏ ਜੀ ਪਹਿਲਾਂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ ਆ ਦੇਖੋ ਜੀ।
ਆ ਗਏ ਜੀ ਆਪਣੇ ਪਕੌੜੇ ਪਕੌੜੇ ਆ ਗਏ ਜੀ ਪਕੌੜੇ ਵੀਰੇ ਕਰੀ ਯਾਰ ਬਾਈ ਜੀ ਕਰਦੇ ਕਰਦੇ ਆ ਜੇ ਹਰੀ ਵਾਲੀ ਉਹ ਡਾਲਨਾ ਬਾਈ ਮੇਰੇ।